ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਹ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਨਾਲ ਬੈਠੇ ਸੀਨੀਅਰ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ, ਮੇਰੇ ਵੱਡੇ ਭਰਾ ਸਾਹਿਬ ਬਿਕਰਮ ਸਿੰਘ ਜੀ ਮੀਠੀਆ ਸਾਹਿਬ, ਯੂਥ ਦੇ ਆਗੂ ਸਾਹਿਬਾਨ, ਇਸਤਰੀ ਅਕਾਲੀ ਦਲ ਦੇ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬਾਨ, ਐਸਜੀਪੀਸੀ ਦੇ ਮੈਂਬਰ ਸਾਹਿਬਾਨ, ਇਹ ਠਾਠਾ ਮਾਰਦਾ ਸਮੁੰਦਰ ਰੋਸ ਵਾਲੀ ਕਲੈਕਟਰ ਦੀ ਸਰਕਾਰ ਦੇ ਸਾਹ ਸਿੰਘ ਜੀ, ਸਰਕਾਰ ਨਾਲ ਫਤਿਹ ਕਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜੀ ਇਹ ਰੋਸ ਰੈਲੀ, ਕਿਹੜਾ ਕਾਂਗਰਸ ਸਰਕਾਰ ਦਾ ਪਿੰਡ ਸਿਆਪਾ ਕਰਨ ਲਈ ਇੱਥੇ ਆਪਾਂ ਇਕੱਠੇ ਹੋਏ ਹਾਂ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ। ਮੈਂ ਡਰਦੀਆਂ ਲੰਬੀਆਂ ਗੱਲਾਂ ਨਹੀਂ ਕਰਨੀਆਂ, ਇਹ ਸਿਆਣਿਆਂ ਨੇ ਵੀ ਆਖਿਆ ਕਿ ਰੋਂਦਾ ਹੈ ਪੰਜਾਬ ਬਣਾ ਕੇ ਠੱਗਾਂ ਦੇ ਚੋਰਾਂ ਦੀ ਸਰਕਾਰ। ਅੱਜ ਦਾ ਜਿਹੜਾ ਮਾਹੌਲ ਆ, ਰੋਂਦਾ ਪਿਆ ਪੰਜਾਬ। ਤੇ ਖਾਲਸਾ ਜੀ, ਕਿਹੜਾ ਜਿਹੜਾ ਚੋਣ ਮੈਨੀਫੈਸਟੋ ਮੈਨੀਫੈਸਟੋ ਅਸੀਂ ਬਣਾਇਆ, ਇਹ ਕਹਿੰਦੇ ਸਨ ਕਿਸਾਨ ਮਜ਼ਦੂਰ ਤੇ ਕਰਜ਼ਾ ਮਾਫੀ ਕਰਨੀ, ਘਰ ਘਰ ਨੌਕਰੀ ਤੇ ਬੇਰੁਜ਼ਗਾਰਾਂ ਨੂੰ ਭੱਤਾ ਤੇ ਮੋਬਾਈਲ ਫੋਨ ਦੇਣੇ, ਸ਼ਗਨ ਸਕੀਮਾਂ 50,000 ਬੱਚਿਆਂ ਦੀ ਸਕਾਲਰਸ਼ਿਪ ਦੇਣੇ, ਪੈਨਸ਼ਨ 2,500 ਰੁਪਇਆ ਦੇਣੀ ਹੈ ਗਰੀਬਾਂ ਨੂੰ, ਨਸ਼ਾ ਮੁਕਤ 4 ਹਫ਼ਤੇ ਵਿੱਚ ਕਰਨਾ ਹੈ, ਤੇ ਮੁਲਾਜ਼ਮਾਂ ਨੂੰ DA ਦੇ PA ਜਿਹੜੇ ਇਹਨਾਂ ਨੇ ਫਿਰ ਪੈਨਸ਼ਨ ਆ ਉਹ ਵੀ ਇਹਨਾਂ ਨੇ ਦੇ ਦੇਣੇ। ਪਰ ਦੇਣਾ ਕੀ ਸੀ, ਕਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੋਈ ਵਿੱਚ ਕਿਹੜੀਆਂ ਸੁੱਖ ਸਹੂਲਤਾਂ ਹਰ ਧਰਮ ਨੂੰ ਹਰ ਵਰਗ ਨੂੰ ਦਿੱਤੀਆਂ ਗਈਆਂ ਸਨ, ਉਹ ਵੀ ਬੜੀ ਸਤਾਰਨ ਸਰਕਾਰ ਨੇ ਖੋਲ੍ਹੀ। ਅੱਜ ਤੇ ਕਿਹੜੇ ਆਪਾਂ ਆਪਣਾ ਸਟੇਜ 'ਤੇ ਆਉਣਾ, ਆਪਣੇ ਪ੍ਰਧਾਨ ਜੀ ਨਾਲ ਆਇਆ ਆ, ਅਤੇ ਉੱਥੇ ਮੇਰੇ ਮਨ 'ਚ ਇਹ ਵੀ ਸੀ ਕਿ ਕਿਹੜੀ ਮਹਾਂ ਪਾਰਟੀ ਆ, ਮਾਂ ਤੇ ਮਾਂ ਹੀ ਭਾਂਡੇ ਢਹਿ ਕਰ ਖੜਕਦੇ ਖਾਲਸਾ ਜੀ। ਪਰ ਚਲੋ 14 ਦਸੰਬਰ ਨੂੰ, ਚਲੋ 14 ਦਸੰਬਰ ਨੂੰ ਹਰਕ੍ਰਿਸ਼ਨ ਬਾਬੜੀ ਸਕੂਲ ਅੰਮ੍ਰਿਤਸਰ ਪਰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨ ਦਿਵਸ ਬਣਾਇਆ, ਉਹੀ ਸਾਰੇ ਉੱਥੇ ਜਿਹੜੇ ਕੱਤੇ ਹੋਏ ਬਣਾਇਆ, ਤਾਂ ਬੜੀ ਚਾਈ ਚਾਈ ਲੱਗੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਨ ਦਿਵਸ ਮਨਾਉਣਾ। ਪਰ ਚਲੋ ਉੱਥੇ ਸਟੇਜ 'ਤੇ ਗਏ, ਉੱਥੇ ਸਾਡੇ ਪ੍ਰਬੰਧ ਸੇਵਾ ਸੰਭਾਈ, ਤਾਂ ਇੱਕ ਟੱਕਰਾ ਸ਼ਰਮਾ ਦਿੱਲੀ ਵਾਲਾ, ਕਿੰਨੇ ਕਾਂਗਰਸ ਪਾਰਟੀ ਦੇ ਕਈ ਤਰ੍ਹਾਂ ਟੋਪਾਂ ਦਾ ਕਿੰਨੇ ਹਰਿਮੰਦਰ ਸਾਹਿਬ ਦਾ ਆਏ ਹੋਏ, ਕਿੰਨਾ ਨੇ ਜ਼ੁਲਮ, ਕਿੰਨਾ ਨੇ ਪੈਰਾਂ ਦੇ ਗਲਾਂ ਦੀ ਛੇ ਪੈਰ ਪਾ ਕੇ ਸਾਡੀ ਲੁੱਟੀ ਆ, ਉਸ ਕਾਂਗਰਸ ਸਰਕਾਰ ਨੂੰ ਸਿਰ 'ਚ ਸਰੋਖਾ ਪਾਉਣਾ, ਉਹਨਾਂ ਨੂੰ ਲੜਾਈਆਂ ਦੇਣਾ। ਇੱਕ ਸਰਦਾਰ ਰਵਿੰਦਰ ਸਿੰਘ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਪਿੰਡ, ਮੇਰਾ ਮਨ ਤਾਂ ਉਦੋਂ ਹੀ ਮਹਿਲੋ ਬਹਿ ਹੀ ਗਿਆ ਕਿ ਖਾਲਸਾ ਜੀ ਆਪਾਂ ਚੜ੍ਹਦੀ ਕਲਾ ਖਾਲਸਾ ਪੰਥ ਨੂੰ ਚੜ੍ਹਦੀ ਵਾਲੀ ਗੱਲ ਆ। ਪਰ ਚਲੋ ਜੋ ਪਰਮਾਤਮਾ ਨੂੰ ਬਣਦਾ ਆ, ਅਖੀਰ ਜਿਹੜੀਆਂ ਟੁੱਟੀਆਂ ਬਾਹਾਂ ਆ ਉਹ ਗਵਰਨਮੈਂਟ ਬਣ ਗਈਆਂ। ਖਾਲਸਾ ਜੀ, ਆ ਦੂਸਰੇ ਪਿੰਡ ਮੈਂ ਜਿਸ ਜਿੱਥੇ ਆਪਣੇ ਆਪਣੇ ਇਸ ਪਹਾੜ 'ਤੇ ਗਏ ਹਾਂ, ਉਹਦੇ ਇਕੱਠੇ ਨਹੀਂ ਹੋਣੇ ਹੋਏ ਨਾ ਟਕਸਾਲੀ ਤੇ ਨਾ ਢੀਂਸਾ ਸਾਹਿਬ,
ਨਾ ਸਰ ਰਵਿੰਦਰ ਸਿੰਘ ਦੁਕਾਨਾਂ ਹੀ ਨਹੀਂ ਹੋਏ। ਮੈਂ ਬਾਰ ਬਾਰ ਪਿੰਡ ਪਿੰਡ ਮਰ ਗਿਆ, ਇੱਕ ਘੰਟੇ ਖਾਲੀ ਹੋ ਗਈ ਗੁਰੂ ਰਾਮਦਾਸ ਦੇ ਨਾਲ, ਪਰ ਫਿਰ ਵੀ ਲੱਗਣਾ ਸੀ। ਚਲੋ ਬਾਕੀ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਹੁੰਦਾ ਉਹ ਹੋਣਾ ਆ। ਇਹ ਦੂਸਰੀ ਗੱਲ ਰਾਹੁਲ ਗਾਂਧੀ ਸਾਡੀਆਂ ਕਰਾਉਂਦੇ ਪਏ ਸੀ, ਪਰ ਅਸੀਂ ਕਿਹੜੇ ਰਾਹ ਜਾਣਾ ਹੀ ਨਹੀਂ, ਕਿਹੜੇ ਮੱਕੇ ਜਾਣਾ ਹੀ ਨਹੀਂ। ਰਾਹ ਪੁੱਛਣਾ ਜੀ, ਮੈਂ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਈ ਸੰਗਤ ਦਾ ਖਾਸ ਕਰਕੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੇ ਹੁਕਮ ਦਿੱਤਾ ਕਿ ਸਾਰਿਆਂ ਨੂੰ ਕੋਲੋਂ ਨਾਲ ਅੱਗੋਂ ਪੂਜਿਆ ਜਾਏ, ਜਿਵੇਂ ਆਪਾਂ ਸਰੋਂ ਦਾ ਤੇਲ ਕੱਢਦੇ ਹਾਂ। ਮੋਤੀ ਰਾਮ ਮਹਿਰੇ ਨੂੰ, ਉਹਦੀ ਘਰਵਾਲੀ ਨੂੰ, ਉਹਦੇ ਬੱਚਿਆਂ ਨੂੰ, ਸਾਰਿਆਂ ਨੂੰ ਕੋਲੂ ਵਾਂਗੂ ਪੀੜ ਦਿੱਤੇ। ਮੇਰਾ ਵੀ ਉਹ ਤੁਹਾਨੂੰ ਇਹ ਹੈ ਕਿ ਸਾਡਾ ਇਤਿਹਾਸ ਬਹੁਤ ਗੌਰਵਮਈ ਇਤਿਹਾਸ ਹੈ। ਦੁਨੀਆਂ ਵਿੱਚ ਕੁਰਬਾਨੀ ਦਾ ਜਿਹੜਾ ਇਤਿਹਾਸ ਹੈ ਤੁਹਾਡਾ, ਇਹ ਹੋਰ ਦੁਨੀਆਂ 'ਚ ਕਿਤੇ ਨਹੀਂ। ਇਹ ਤੁਹਾਨੂੰ ਆਪਣੇ ਵਿਰਸੇ 'ਚੋਂ ਮਿਲਿਆ। ਗੁਰੂ ਸਾਹਿਬਾਨ ਨੇ ਸਾਨੂੰ ਇਹ ਕੁਰਬਾਨੀ ਦਾ ਦਰਸਾ ਦੱਸਿਆ। ਸ਼੍ਰੀ ਗੁਰੂ ਨਾਨਕ ਦੇਵ ਜੀ, ਉਦੋਂ ਮੁਗਲਾਂ ਦਾ ਰਾਜ ਸੀ, ਬੜਾ ਅਤਿਆਚਾਰ ਹੁੰਦਾ ਸੀ, ਬੜਾ ਜ਼ੁਲਮ ਹੁੰਦਾ ਸੀ, ਅਤੇ ਕੋਈ ਬੋਲ ਨਹੀਂ ਸਕਦਾ ਸੀ ਉਹਦੇ ਰਾਜ ਵਿੱਚ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਬਾਬਰ ਜਾਬਰ ਰਾਜੇ ਸੀ, ਮੁਕੱਦਮ ਕੁੱਤੇ ਜਾਇਜ ਗਾਣ ਬੈਠੇ ਤੁੱਤੇ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀਆਂ ਕਾਲ ਘੋਟੀਆਂ ਦੂਰ ਰੱਖੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸਾਰੀ ਦੁਨੀਆਂ 'ਚ ਇਹਦੀ ਮਿਸਾਲ ਨਹੀਂ ਮਿਲਦੀ। ਉਹ ਕਾਹਦੇ ਵਾਸਤੇ ਕੀਤੀ ਸੀ? ਮਨੁੱਖੀ ਅਧਿਕਾਰਾਂ ਵਾਸਤੇ, ਅਤੇ ਜ਼ੁਲਮ ਅਤੇ ਜਬਰ ਦੇ ਖਿਲਾਫ਼। ਔਰ ਆਪਣੇ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਜਾ ਕੇ ਸੀਸ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ, ਕਿਉਂਕਿ ਉਸ ਵੇਲੇ ਦੀ ਜ਼ਾਲਮ ਸਰਕਾਰ ਮਜਬੂਰ ਕਰਦੀ ਸੀ ਹਿੰਦੂ ਭਰਾਵਾਂ ਨੂੰ ਕਿ ਮੁਸਲਮਾਨ ਬਣੋ। ਅਤੇ ਇਹਨਾਂ ਨੇ ਜਾ ਕੇ, ਮੇਰਾ ਖਿਆਲ ਹੈ ਇਤਿਹਾਸ ਵਿੱਚ, ਦੁਨੀਆਂ ਦੇ ਇਤਿਹਾਸ ਵਿੱਚ ਇੱਡੀ ਵੱਡੀ ਕੁਰਬਾਨੀ ਨਹੀਂ ਕੀਤੀ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਜਿਹੜਾ ਹੈ ਉਹ ਸਾਰਾ ਹੀ ਹਾਰ ਦਿੱਤਾ। ਦੇਖੋ ਕਿੱਡਾ ਵੱਡਾ ਯੋਗਦਾਨ ਹੈ। ਪਰ ਮੈਨੂੰ ਦੁੱਖ ਹੈ ਕਿ ਜਿੱਡਾ ਵੱਡਾ ਕੁਰਬਾਨੀ ਵਾਲਾ ਇਤਿਹਾਸ ਹੈ, ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਅੱਜ ਹੁਣ ਵੀ ਵੇਖ ਲਓ, ਆਹ ਤੁਸੀਂ ਅੰਮ੍ਰਿਤਸਰ ਸ਼ਹਿਰ ਇਲਾਕੇ ਦੇ ਲੋਕ ਹੋ, ਇੱਥੇ ਪਾਕਿਸਤਾਨ ਲੜਾਈ ਸੀ, ਹਿੰਦੁਸਤਾਨ ਦੀ ਸੈਂਟਰ ਦੀ ਸਰਕਾਰ ਕਾਂਗਰਸ ਨੇ ਉਸ ਵੇਲੇ ਜਰਨੈਲ ਇਹ ਕਮਾਂਡ ਕਰ ਰਿਹਾ ਸੀ, ਹਰਬਖਸ਼ ਸਿੰਘ, ਗੁਰਬਖਸ਼ ਸਿੰਘ ਸੀ ਜਾਂ ਹਰਬਖਸ਼ ਸਿੰਘ, ਹਰਬਖਸ਼ ਸਿੰਘ, ਉਹਨੂੰ ਕਿਹਾ ਕਿ ਤੁਸੀਂ ਫੌਜ ਨੂੰ ਪਿੱਛੇ ਲੈ ਜਾਓ, ਦਬਾਅ ਜ਼ਿਆਦਾ ਬਿਆਸ 'ਤੇ ਲੈ ਜਾਓ, ਅੰਮ੍ਰਿਤਸਰ ਖਾਲੀ ਕਰ ਦਿਓ, ਦਰਬਾਰ ਸਾਹਿਬ ਵੀ ਖਾਲੀ ਕਰ ਦਿਓ। ਪਰ ਉਹ ਬਹਾਦਰ ਜਰਨੈਲ ਸੀ ਜਿਹਨੇ ਕਿਹਾ ਕਿ ਮੈਂ ਇਹ ਨਹੀਂ ਕਰ ਸਕਦਾ, ਮੈਂ ਹੁਕਮ ਤੂੰ ਨਹੀਂ ਕਰ ਸਕਦਾ। ਫੌਜ ਵਿੱਚ ਹੁਕਮ ਦੂਲੀ ਜਿਹੜੀ ਹੈ ਉਹ ਬਹੁਤ ਵੱਡਾ ਜੁਰਮ ਹੈ, ਲੇਕਿਨ ਇਹਦਾ ਮੈਨੂੰ ਉਹ ਜੁਰਮ ਕਬੂਲ ਹੈ। ਪਰ ਮੈਂ ਇਹ ਦਰਬਾਰ ਸਾਹਿਬ ਅਤੇ ਇਹ ਇਲਾਕਾ ਬਿਆਸ ਤੱਕ ਸਾਰਾ ਨਹੀਂ ਛੱਡ ਸਕਦਾ। ਅਤੇ ਉਹ ਬਹਾਦਰ ਜਰਨੈਲ ਨੇ ਫਿਰ ਫਤਿਹ ਕੀਤੀ।
ਮੈਂ ਕਹਿਣਾ ਚਾਹੁੰਦਾ ਜਿੰਨੇ ਆਪਣੀਆਂ ਫਤਿਹ ਹੋਈਆਂ ਹਿੰਦੁਸਤਾਨ ਵਿੱਚ, ਉਹਨਾਂ ਦੇ ਜਰਨੈਲ ਕੌਣ ਸਨ? ਬੰਗਲਾਦੇਸ਼ ਵਿੱਚ ਸਰੈਂਡਰ ਕੀਤਾ, ਆਗੂ ਕੀਤਾ, ਹਾਂਜੀ, ਉਹਨਾਂ ਦੀ ਲੱਖਾਂ ਫੌਜ ਨੂੰ ਸਰੈਂਡਰ ਕਰਾਇਆ, ਉਹ ਵੀ ਸਿੱਖ ਜਰਨੈਲ ਸੀ। ਇਸੇ ਤਰ੍ਹਾਂ ਜਦੋਂ ਕਸ਼ਮੀਰ ਤੇ ਹਮਲਾ ਹੋਇਆ, ਉੱਥੋਂ ਦੇ ਪਾਕਿਸਤਾਨ ਦੇ ਬਹੁਤ ਸਾਰੇ ਪਿਸ਼ਾਵਰ ਦੇ ਲੋਕਾਂ ਨੇ ਹਮਲਾ ਕੀਤਾ, ਉਹ ਸ੍ਰੀਨਗਰ ਤੱਕ ਪਹੁੰਚ ਗਏ ਸਨ, ਪਰ ਫਿਰ ਹਿੰਦੁਸਤਾਨ ਚੋਂ ਦੋ ਪਲਟਣਾ ਸਿੱਖਾਂ ਵੀਰਾਂ ਦੀਆਂ ਗਈਆਂ, ਜਿਨ੍ਹਾਂ ਨੇ ਉਹਨਾਂ ਨੂੰ ਠੱਲ ਪਾਈ। ਔਰ ਹੁਣ ਵੀ ਜਿਹਦਾ ਬਹੁਤ ਫਖਰ ਕਰਦੇ ਹੈ ਹਿੰਦੁਸਤਾਨ ਦੀ ਸਰਕਾਰ, ਕਿ ਪਾਕਿਸਤਾਨ ਜਾ ਕੇ ਮਿਲੀਟੈਂਟਾਂ ਦੇ ਅੱਡੇ ਖਤਮ ਕੀਤੇ, ਉਹ ਵੀ ਤੁਹਾਡੇ ਭਾਈਚਾਰੇ ਦਾ ਸਿੱਖ ਏਰਮਾਨ ਸੀ। ਬਹੁਤ ਵੱਡੀ ਕੁਰਬਾਨੀ, ਬਹੁਤ ਵੱਡਾ ਤੁਹਾਡਾ ਯੋਗਦਾਨ। ਔਰ ਜੇ ਹਿੰਦੁਸਤਾਨ ਦਾ ਅਨਾਜ ਨਾਲ ਪੇਟ ਭਰਿਆ, ਉਹ ਵੀ ਤੁਸੀਂ ਮਿਹਨਤ ਕਰਕੇ ਭਰਿਆ। ਪਰ ਵੀਰੋ, ਇਹ ਕਰਨ ਤੋਂ ਬਾਵਜੂਦ ਆਪਾਂ ਨੂੰ ਕੁਛ ਇਨਸਾਫ ਨਹੀਂ ਮਿਲਿਆ। ਤੁਹਾਡੀ ਪਾਲ ਕੋਸ਼ਿਸ਼ ਕਰਦੀ, ਦੂਜੀ ਵਾਰ ਧਰਤੀ ਮਾਂ ਜਿਹੜੀ ਤੁਹਾਨੂੰ ਖਾਣ ਨੂੰ ਖੁਰਾਕ ਦਿੰਦੀ ਹੈ, ਫਲ ਦਿੰਦੀ ਹੈ, ਅਨਾਜ ਦਿੰਦੀ ਹੈ, ਲੇਕਿਨ ਉਹ ਦੋ ਮਾਵਾਂ ਜਿਹੜੀਆਂ ਉਹ ਤੁਹਾਨੂੰ ਇੱਜ਼ਤ ਨਹੀਂ ਦੇ ਸਕਦੀਆਂ, ਤੁਹਾਨੂੰ ਉਹਦੇ ਨਹੀਂ ਦੇ ਸਕਦੀਆਂ। ਹਰ ਬੰਦਾ ਸੁਣਦਾ ਹੈ ਮੈਨੂੰ ਇੱਜ਼ਤ ਮਿਲੇ, ਲੇਕਿਨ ਉਹ ਮਾਂ ਜਿਹੜੀ ਇੱਜ਼ਤ ਦਿੰਦੀ ਹੈ ਪਾਰਟੀ ਨੂੰ, ਪਾਰਟੀ ਮਾਂ ਹੈ। ਇਹਦੀ ਪਿੱਛੇ ਜਿਹੜਾ ਚੁਰਾ ਮਾਰਦਾ ਹੈ ਉਹ ਬੜਾ ਵੱਡਾ ਗੁਨਾਹ ਕਰਦਾ, ਬੜਾ ਵੱਡਾ ਪਾਪ ਕਰਦਾ, ਔਰ ਕੁਦਰਤ ਉਸ ਨੂੰ ਸਜ਼ਾ ਦਿੰਦੀ। ਮੈਂ ਇਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਕਿਹੜੀ ਚੀਜ਼ ਨਹੀਂ ਮਿਲੀ, ਕਿਹੜਾ ਉਹਦਾ ਨਹੀਂ ਮਿਲਿਆ, ਵਜ਼ੀਰੀਆਂ ਨਹੀਂ ਮਿਲੀਆਂ, ਪਾਰਟੀ ਵਾਈਸ ਪ੍ਰੈਜ਼ੀਡੈਂਟ ਨਹੀਂ ਮਿਲੀਆਂ, ਤੁਹਾਨੂੰ ਸਕੱਤਰ ਜਨਰਲ ਨਹੀਂ ਮਿਲੇ, ਤੁਹਾਨੂੰ ਵਿਜਾਰਤਾ ਨਹੀਂ ਮਿਲੀਆਂ, ਕੀ ਕੁਛ ਨਹੀਂ ਮਿਲੇ, ਸਭ ਕੁਛ ਮਿਲਿਆ। ਲੇਕਿਨ ਭਰਾਓ ਦਾਲ ਕੁਛ ਖਾਣਾ ਪਾਇਆ। ਮੈਂ ਇਹੀ ਮੈਂ ਦੇਖੋ ਸਰਕਾਰ ਹੁੰਦੀ ਹੈ ਜਿਹੜੀ ਲੋਕਾਂ ਦੀ ਸਰਕਾਰ ਹੋਵੇ। ਆ ਤੁਸੀਂ ਸਾਰੇ ਹਲਕਿਆਂ ਦੇ ਭਰਾ ਬੈਠੇ ਹੋ, ਕੋਈ ਪਿੰਡ ਹੈ ਜਾਂ ਜਿਹਦੇ ਮੈਂ ਦੋ ਵਾਰੀ ਨਹੀਂ ਗਿਆ? ਭਾਵੇਂ ਜਨਾਲਾ ਹਲਕਾ ਹੈ, ਲੋਪੋ ਕੇ ਹਲਕਾ ਹੈ, ਅਗਾਂ ਰਣੀਕਾ ਸਾਹਿਬ ਦਾ ਹਲਕਾ ਹੈ, ਅਗਾਂ ਤਰਨ ਤਾਰਨ ਆ ਗਿਆ, ਉਲਟੋਹਾ ਆ ਗਿਆ, ਕੋਈ ਪਿੰਡ ਨਹੀਂ ਜਿਹਦੇ 'ਚ ਮੈਂ ਦੋ ਵਾਰੀ ਨਹੀਂ ਗਿਆ, ਕਿਉਂਕਿ ਪਤਾ ਹੀ ਲੱਗਦਾ ਹੈ ਕਿ ਜੇ ਤੁਸੀਂ ਲੋਕਾਂ 'ਚ ਜਾਓਗੇ, ਜੇ ਲੋਕਾਂ ਦੀ ਤਕਲੀਫ ਨਹੀਂ ਪਤਾ, ਇੱਕ ਡਾਕਟਰ ਜੇ ਮਰੀਜ਼ ਦੀ ਬਿਮਾਰੀ ਦਾ ਨਹੀਂ ਪਤਾ ਤਾਂ ਹੱਲ ਕਿਵੇਂ ਕਰ ਸਕਦਾ? ਇਸ ਕਰਕੇ ਇਹ ਚੀਫ ਮਿਨਿਸਟਰੀ ਜਿਹੜੀ ਹੈ ਨਹੀਂ ਜਿਹਨੂੰ ਮਰਜ਼ੀ ਬਣਾਵੇ। ਚੀਫ ਮਿਨਿਸਟਰ ਉਹ ਕਰ ਸਕਦਾ ਜਿਹੜਾ ਦਿਲੋਂ ਲੋਕਾਂ ਨਾਲ ਹੋਵੇ, ਲੋਕਾਂ ਦੀ ਹਮਦਰਦੀ ਔਰ ਲੋਕਾਂ ਦੇ ਮਸਲੇ ਜਿਵੇਂ ਜਾਣਦੇ, ਬਾਰਡਰ ਦੇ ਰਹਿਣ ਦੇ ਲੋਕਾਂ ਦੇ, ਉਹਨਾਂ ਨੂੰ ਯੋਗ ਕੀਤਾ ਤੁਹਾਨੂੰ ਪਤਾ ਹੈ। ਇਹ ਤਾਂ ਹੀ ਸੀ ਕਿ ਬਾਰਡਰ ਦੇ ਇੱਕ ਪਿੰਡ 'ਚ ਮੈਂ ਗਿਆ, ਬਾਰਡਰ ਦੇ ਦਸ ਹਜ਼ਾਰ ਮੇਰਾ ਰੁਪਈਆ ਫੁੱਟਬਾਲ ਜਾਂਦੇ ਆ, ਉਹ ਵੀ ਉਹਨਾਂ ਨੂੰ ਹਰ ਸਾਲ ਕ੍ਰਿਕਟ ਦਾ ਹੈ ਜੀ, ਹਾਂਜੀ ਉਹ ਦਿੱਤਾ। ਮੇਰਾ ਮਤਲਬ ਹੈ ਕਿ ਪਿੰਡ ਦੇ ਸ਼ਹਿਰ ਦੇ ਹਰ ਵਾਰਡਾਂ 'ਚ ਮੈਂ ਗਿਆ। ਹੁਣ ਅਮਰਿੰਦਰ ਸਿੰਘ ਤਾਂ ਮੇਰਾ ਕਹਿੰਦਾ ਅੰਮ੍ਰਿਤਸਰ ਹੀ ਨਹੀਂ ਆਇਆ, ਆਪਣਾ ਹੋਰ ਪਿੰਡਾਂ 'ਚ ਚੱਕ ਕੇ ਜਾਣਾ, ਲੋਕ ਤੁਹਾਡੇ ਪਿੰਡਾਂ ਦੇ ਰਣੀ ਕੇ ਸਾਹਿਬ ਨੂੰ ਬੈਠੇ ਤਾਂ ਉਹ ਤਾਂ ਚਲੋ, ਮੈਂ ਤਾਂ ਕਿਸੇ ਵੀ ਭਾਈ ਜਿੰਦਾ ਨਹੀਂ ਕਰ ਗਿਆ। ਲੇਕਿਨ ਤੁਹਾਨੂੰ ਮੈਂ ਬੇਨਤੀ ਕਰਨਾ ਕਿ ਇਹ ਨਹੀਂ ਕਿ ਅੱਜ ਇੱਕ ਰੈਲੀ ਹੋ ਗਈ ਤਾਂ ਤੁਸੀਂ ਘਰੇ ਬਹਿ ਕੇ ਖੁਸ਼ ਹੋ ਜਾਓ।
ਸਵਾ ਲੱਖ, ਇੱਕ ਜਣਾ ਸਵਾ ਸਭ ਲੱਖ ਬਣੋ, ਤਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਆਪਣੀ ਗਲਤੀ ਇੱਕ ਵਾਰੀ ਹੋਰ ਗੱਲ ਕਹਿਣੀ ਚਾਹੁੰਦਾ ਕਿ ਕੋਈ ਸਰਕਾਰ ਹੋਵੇ, ਦੇਸ਼ 'ਚ ਹੋਵੇ, ਪੰਜਾਬ 'ਚ ਹੋਵੇ, ਉਹ ਧਰਮ ਨਿਰਪੱਖਤਾ ਵਾਲੀ ਸਰਕਾਰ ਹੁੰਦੀ। ਮਹਾਰਾਜਾ